ਬਹੁਤ ਐਸ ਵਾਰੀ ਬਿੱਲ ਆਇਆ ਬਾ ਖੁਦਾ ਦੀ ਕਸਮੇ ਅਖੀਰ ਹੋ ਗਈ ਐ ਬੱਕਰਾ ਵੇਚ ਕੇ 27000 ਰੁਪਿਆ ਬਿੱਲ ਤਾਰੇ ਉਹ ਸੱਚ ਕਹਿ ਰਿਹਾ ਤੂੰ ਭਰਾਵਾ ਕਰੀਏ ਕੀ ਬਿਜਲੀ ਦੇ ਬਿੱਲਾਂ ਨੇ ਤੇ ਇਸ ਦਫਾ ਬਿਲਕੁਲੀ ਧੂੰ ਕੱਢ ਦਿੱਤਾ ਗਰੀਬ ਬੰਦੇ ਦਾ ਹੈ ਤੇਰੇ ਸਾਹਮਣੇ ਹੁਣ ਵੇਖ ਲਓ ਨਾ ਵੀ ਘਰ ਦਾ ਕਿਚਨ ਚਲਾਈਏ ਕਿ ਆਵਾਬ ਡਾਲਿਆਂ ਦੇ ਬਿੱਲ ਤਾਰੀਏ ਕੀ ਕਰੀਏ ਯਾਰ ਗੱਲ ਹੁਣ ਪਤਾ ਕੀ ਐ ਮੈਂ ਤੇ ਸਾਰੇ ਪੱਖੇ ਕੀਤੇ ਆ ਬੰਦ ਪੱਖਾ ਜਿਹੜਾ ਮੈਂ ਬੈਠ ਕੇ ਵਿੱਚ ਪੈਣਾ ਨਾ ਮੈਂ ਤੇ ਉਹ ਲਵਾ ਕੇ ਤੇ ਮੈਂ ਕਿ ਇਹਨੂੰ ਵੇਚੋ ਕਿੱਥੇ ਜਾਈਏ ਭਰਾਵਾ ਹੁਣ ਸਭ ਬੱਚੇ ਪੜ੍ਹਾਈਏ ਕਿ ਹੋਰ ਕੰਮ ਕਰੀਏ ਕਿਹੜੇ ਪਾਸੇ ਚੱਲ ਜਾਈਏ ਮਗਾਈ ਨੇ ਤੇ ਅਖੀਰ ਕਰ ਛੱਡੀ ਹੈ ਹੈ ਆਟਾ ਫੇਰ ਕਹਿੰਦੇ ਬਦਲ ਲੱਗਾ ਮੈਂ ਸਵੇਰ ਦਾਜ 32 ਦੇ ਦੁੱਖੋਂ ਬਾਹਰ ਬੈਠਾ ਉਹ 32 ਤੇ ਭਾਈ ਜਿਹੜੀ ਆਉਂਦੀ ਆਉਂਦੀ ਉਹ ਹੀ ਤੈਨੂੰ ਪਤਾ ਵਾ ਬਿੱਲ ਕਿੱਡੇ ਟਾਈਮ ਨਾਲ ਆਉਂਦੇ ਨੇ ਇਸ ਮੁੱਢ ਅਸਲਾਮੁਅਲੈਕ ਹਾਜੀ ਬੱਤੀ ਆਵੇ ਨਾ ਆਵੇ ਬਿੱਲ ਤੇ ਆਉਂਦਾ ਹੈ ਜਨਾਬੇ ਅਲੀ ਵਾਲੇਕਮ ਅਸਲਾਮ ਯਕੀਨ ਕਰੋ ਠੰਡ ਪੈ ਗਈ ਜੀ ਅੱਛਾ ਜੀ ਬੜੀ ਮਿਹਰਬਾਨੀ ਆ ਗਏ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਜੀ ਕੀ ਹਾਲ ਚਾਲ ਹੈ ਜੀ ਬੈਠੋ ਤਸ਼ਰੀਫ ਰੱਖੋ ਸਭ ਖਰੀਅਤ ਜੀ ਹਾਂ ਜੀ ਅਲਹਮਦੁਲਿਲਾ ਮਾਸ਼ਾਅੱਲਾ ਬੱਟਰੀ ਜੇ ਤੇ ਸੀ ਹਾਂਜੀ ਬੱਤੀ ਬੰਦ ਸੀ ਤੇ ਅਸੀਂ ਫਿਰ ਆ ਤਰੀਕਾ ਥੱਲੇ ਮੰਜੀ ਡਾਈ ਆ ਜੀ 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 ਤੇ ਬਸ ਇਹ ਆ ਵੀ ਆ ਤਰੀਕਾ ਲਾਈਆਂ ਸੀ ਇਹਨਾਂ ਦਾ ਕੁਝ ਫਾਇਦਾ ਹੋ ਹੀ ਰਿਹਾ ਪਾਕਿਸਤਾਨ ਦਾ ਮਾਹੌਲ ਬਹੁਤ ਅੱਛਾ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਅੱਲਾਹ ਪਾਕ ਦੀ ਰਹਿਮਤ ਆ ਜੀ ਸ਼ੁਕਰ ਕਿ ਅਸੀਂ ਯੂਕੇ ਤੋਂ ਆਏ ਹਾਂ ਜੀ ਅੱਛਾ ਅੱਛਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਯੂਕੇ ਦੀ ਇਹ ਕੋਈ ਮੁਲਕ ਵਾ ਹਾਂਜੀ 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 ਇਹ ਇੰਗਲੈਂਡ ਬਲੈਡ ਜਿਹਨੂੰ ਕਹਿੰਦੇ ਬਲੈਡ ਜੀ ਬਚਪਨ ਤੋਂ ਮੈਂ ਪਹਿਲੇ ਇੱਥੇ ਰਹਿੰਦੇ ਹੁੰਦੇ ਸੀਗੇ ਅੱਛਾ ਐਸੇ ਤੁਹਾਡੇ ਇਲਾਕੇ ਦੇ ਵਿੱਚ ਠੀਕ ਆ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਮੇਰੇ ਅੱਬੂ ਜੀ ਵੀ ਇੱਥੇ ਰਹਿੰਦੇ ਹੁੰਦੇ ਸੀਗੇ ਅੱਛਾ ਅੱਛਾ ਤੇ ਫਿਰ ਅਸੀਂ ਇੱਥੋਂ ਉਸ ਮੇਰੇ ਅੱਬੂ ਜੀ ਜਿਹੜੇ ਆ ਉਹ ਮੇਰੇ ਦਾਦਾ ਜੀ ਨੂੰ ਉਹਨਾਂ ਨੂੰ ਬਾਹਰ ਭੇਜ ਦਿੱਤਾ ਠੀਕ ਹੈ ਤੇ ਫਿਰ ਉਹ ਐਸੀ ਜਿਹੜੇ ਆ ਮੈਂ ਉੱਥੇ ਦੀ ਜੰਪ ਲਾ ਅੱਛਾ ਅੱਛਾ ਤੁਹਾਡੀ ਪ੍ਰਦੇਸ਼ ਉੱਥੇ ਹੋਈ ਆ ਹਾਂ ਲੇਕਿਨ ਮੈਂ ਫਿਰ ਆ ਕੇ ਇੱਥੇ ਆਪਣੇ ਦਾਦਕਿਆਂ ਦੇ ਕੋਲ ਕੁਝ 4 ਸਾਲ ਰਿਹਾ ਨਾ ਇਸ ਗਲੀ ਦੇ ਵਿੱਚ ਅੱਛਾ 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 ਤੇ ਉਹ ਅੱਗੇ ਸਾਡੇ ਮੇਰੇ ਦਾਦਕਿਆਂ ਦਾ ਘਰ ਹੁੰਦਾ ਸੀਗਾ ਅੱਛਾ 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 ਜੀ ਉਹ ਹਾਂ ਮੈਂ ਸਮਝ ਗਿਆ ਤੁਹਾਡੀ ਗੱਲ ਹਾਂਜੀ ਹਾਂਜੀ ਬਲੈਤੀਏ ਅਸੀਂ ਮਸ਼ਹੂਰ ਹਾਂ 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 ਬਲੈਤੀਆਂ ਦਾ ਘਰ ਜੀ 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 ਬਾਹਰਲੇ ਮੁਲਕ ਜਿਹੜੇ ਗਏ ਹੋਏ ਬੜੀ ਗੱਲ ਹੈ ਜੀ ਸਹੀ ਹੈ ਜਿਹੋ ਦਾਦਾ ਜੀ ਨੇ ਸਾਡੇ ਤੇ ਮੈਂ ਪਰਸੋ ਆਇਆ ਇੱਥੇ ਅੱਛਾ ਜੀ 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 ਮਾਸ਼ਾਅੱਲਾ ਮਾਸ਼ਾਅੱਲਾ ਕਿ ਕੈਸਾ ਲੱਗਾ ਤੁਹਾਨੂੰ ਉਹਨੇ ਇੱਥੇ ਆ ਕੇ ਹਾਏ ਬਹੁਤ ਅੱਛਾ ਦੇਖੋ ਮੈਂ ਆਪਣੀ ਜ਼ਿੰਦਗੀ ਦੇਤੇ 4 ਸਾਲ ਗੁਜ਼ਾਰੇ ਨੇ ਹਾਂ ਬਿਲਕੁਲ ਸਹੀ ਹਾਂ ਬਹੁਤ ਅੱਛਾ ਲੱਗਾ ਇਹ ਜਿਹੜੇ ਲੋਕ ਨੇ ਹਾਂਜੀ ਤੁਹਾਡਾ ਨਾਮ ਮੈਨੂੰ ਜੀ ਮੇਰਾ ਨਾਮ ਲਾਲ ਹੈ ਜੀ لال لال ਟੈਨ ਮੈਨੂੰ ਕਹਿੰਦੇ ਨੇ ਤੇ ਮੈਂ ਟੈਨ ਜਮਾਤਾਂ ਪਾਸ ਆ ਟੈਨ ਜਮਾਤਾਂ ਹਾਂਜੀ ਮੇਰੀ ਵਾਲਦਾਂ ਨੇ ਮੇਰਾ ਨਾਮ ਰੱਖਿਆ ਸੀ ਲਾਲ ਜੀ ਤੇ 10 ਜਮਾਤਾਂ ਮੈਂ ਪੜਿਆ ਤੇ ਲਾਲ ਟੈਨ ਮੈਨੂੰ ਕਹਿੰਦੇ ਨੇ ਕਈ ਬੰਦੇ ਮੈਨੂੰ ਵੇ ਸ਼ਰਾਰਤ ਦੇ ਤੌਰ ਤੇ ਵੀ ਕਹਿੰਦੇ ਆ ਹਾਂਜੀ ਇਹਨਾਂ ਦਾ ਕੀ ਨਾਂ ਜੇ ਇਹ ਮਤਲਬ ਇਹ ਮੇਰੇ ਮਹੱਲੇਦਾਰ ਨੇ ہمسਾਏ ਨੇ ਇੱਥੇ ਰਹਿੰਦੇ ਮੱਖੀ ਮੱਖੀ ਜੀ ਹਾਂਜੀ ਹਾਂਜੀ ਅੱਛਾ 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 ਹਾਂ ਮੈਨੂੰ ਬਚਪਨ ਤੱਕ ਯਾਦ ਹੈ ਮੈਂ ਇਹ ਏ ਨਾ ਦਾ ਮੈਨੂੰ ਸਮਝ ਆ ਗਈ ਹੈ ਮਾਮਲਾ ਜੇੜਾ ਵੀ ਤੁਸੀਂ ਬکریاں ਬੁکریاں ਸਿਰਉਂਦੇ ਹੁੰਦੇ ਸੀਗੇ ਹਾਂ ਜੀ ਮਾਲ ਡੰਗਰ ਤੇ ਸ਼ੁਰੂ ਤੋਂ ਅੱਲਾ ਨੇ ਮਾਲ ਡੰਗਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਸ ਬਹੁਤ अच्छे ਲੋਕ ਨੇ ਜੀ ਇੱਥੇ ਦਿੱਤ ਮੈਂ मतलब ਪਾਕਿਸਤਾਨ ਦੇ ਮੈਂ 4 ਸਾਲ ਇਹਨਾਂ ਦੇ ਵਿੱਚ ਰਿਹਾ ਜੀ ਮੈਥੇ ਮਜ਼ਾ ਆਇਆ ਮਾਸ਼ਾ ਅੱਲਾ ਮਾਸ਼ਾ ਕੋਈ ਅਬੂ ਜੀ ਹੁਣ ਅਬੂ ਜੀ ਤੇ ਅੱਲਾ ਪਾਕ ਨੂੰ ਪਿਆਰੇ ਹੋ ਗਏ ਸੀਗੇ ਸਾਰਿਆਂ ਨੇ ਹੋ ਜਾਣਾ ਤੁਸੀਂ ਵੀ ਅਗਲ ਹੋ ਸਕਦਾ ਹੈ ਮੈਂ ਅਗਲੀ ਵਾਰੀ ਆਵਾਂ ਤਾਂ ਤੁਸੀਂ ਨਾ ਹੋਵੋ ਤੇ ਇਹ ਹੈ ਤੇ ਚਲੋ ਚਲੀਦਾ ਚਲੋ ਚਲੀਦਾ ਮੇਲਾ ਜੀ ਦੇਖੋ ਜੀ ਇਹ ਵਕਤ ਮੁਕਰਰ ਆ ਹਾਂਜੀ ਹਾਂਜੀ ਜਦੋਂ ਜੀ ਦਾ ਟਾਈਮ ਆਇਆ ਉਹਨੇ ਜਾਣਾ ਹੀ ਹੈ ਬਿਲਕੁਲ 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 ਮੈਂ ਕਿਹਾ ਮੈਂ ਸਾਰੇ ਉਹਨੇ ਲੋਗਾਨੂਨਾ ਜਿਹੜਾ ਮਿਲ ਕੇ ਆਵਾਂ ਜ਼ਿਲ੍ਹੇ ਮੈਂ ਇਥੇ ਹੁੰਦਾ ਸੀਗਾ ਇਹ 4 ਸਾਲ ਮੈਂ ਰਹਿਣਾ ਛੋਟਾ ਜਿਹਾ ਤੁਹਾਡੇ ਨਾਲ ਲਾਲਟੇਨ ਹੈ ਨਾ ਜੀ ਹਾਂਜੀ ਜੀ ਜੀ ਮੈਨੂੰ ਲਾਲਟੇਨ ਕਹਿੰਦੇ ਨੇ ਹਾਂ ਜਿਹੜੇ ਤੁਸੀਂ ਜ਼ਿਲ੍ਹੇ ਮੈਂ ਇਥੇ ਰਹਿੰਦਾ ਹੁੰਦਾ ਸੀਗਾ ਨਾ ਜੀ 4 ਸਾਲ ਤੇ ਤੁਸੀਂ ਉਹ ਕਿਸ਼ਤਾਂ ਤੇ ਟੀਵੀ ਲਿਆ ਸੀਗਾ ਤੇ ਉਹ ਪਠਾਨਾ ਨੇ ਤੁਹਾਨੂੰ ਗਲੀ ਚੋਂ ਬਾਹਰ ਕੱਢ ਕੇ ਕੁੱਟਿਆ ਸੀ ਇੱਥੇ ਓਏ ਆਹੋ ਯਾਰ ਉਹ ਬਸ ਇੱਕ ਵਾਰੀ ਨਿਆਣੇ ਨਹੀਂ ਸੀ ਹਟਦੇ ਕਦੀ ਉਹਨਾਂ ਦੇ ਘਰ ਜਾ ਵੜਦੇ ਸੀ ਕਦੀ ਉਹਨਾਂ ਦੇ ਘਰ ਹਾਂ ਉਹ ਮੈਂ ਫਿਰ ਇਹ ਕਹਿੰਨਾ ਕਿਸ਼ਤਾਂ ਤੇ ਪਠਾਨਾ ਕੋਲੋਂ ਲੈ ਲਿਆ ਟੀਵੀ ਹਾਂ ਉਹ ਬਸ ਫਿਰ ਮਤਲਬ ਹਾਲਾਤ ਉਹਦਾ ਦੇ ਕਿਸੇ ਵੇਲੇ ਮਤਲਬ ਕੋਈ ਕੰਮ ਤਾਂ ਦਾ ਚੱਲਣਾ ਕਿਸੇ ਵੇਲੇ ਨਾ ਚੱਲਣਾ ਉਹ ਕਿਸ ਲੇਟ ਸਵੇਰ ਹੋ ਗਈ ਬਹੁਤ ਮਾਰਿਆ ਸੀ ਉਹਨਾਂ ਨੇ ਤੁਹਾਨੂੰ ਮੈਂ ਲਿਖਿਆ ਜੈਸਿਕਾ ਇੰਨਾ ਤੇ ਮੈਂ ਤੁਹਾਨੂੰ ਦੇਖ ਰਿਹਾ ਸੀ ਉਹ ਬਦਤਮੀਜ਼ੀ ਕੀਤੀ ਉਹ ਦਿਨ ਉਹਨਾਂ ਨੇ ਨਹੀਂ ਬਦਤਮੀਜ਼ੀ ਨਹੀਂ ਸੀ ਉਹ ਕੁੱਟਿਆ ਸੀ ਉਹਨਾਂ ਨੇ ਤੁਹਾਨੂੰ ਕੋਈ ਆਹੋ ਇਹਦਾ ਨਾਂ ਹੀ ਆ ਕੁੱਟਕਟਾਪਾ ਲੇਕਿਨ ਕਹਿਣ ਦਾ ਮਤਲਬ ਇਹ ਆ ਮੇਰੀ ਯਾਦ ਆਜ ਤੱਕ ਐਸੀ ਅੱਛੀ ਹੈ ਮੈਂ ਛੋਟਾ ਜਿਹਾ ਸੀਗਾ ਤੇ ਮੈਂ ਕੱਚਾ ਪਾਇਆ ਤੇ ਮੈਂ ਬਾਹਰ ਨਿਕਲਿਆ ਤਾਂ ਤੇ ਇਹਨਾਂ ਨੂੰ ਚਾਚੇ ਲਾਲ ਟੈਨ ਨੂੰ ਉਹਨਾਂ ਨੇ ਚੁੱਕ ਕੇ ਬਹੁਤ ਮਾਰਿਆ ਮੈਂ ਯਾਰ ਤਾਨੂੰ ਮਾਰਿਆ ਕੋਸ਼ਿਸ਼ ਵੀ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਵੀ ਕੱਲ ਪਰਸੋਂ ਤੁਹਾਨੂੰ ਅਗਲੇ ਹਫ਼ਤੇ ਦੇ ਦੇਾਂਗੇ ਤੇ ਨਹੀਂ ਦਿੱਤੇ ਉਹ ਵੀ ਨਹੀਂ ਦੇ ਹੋਏ ਯਾਰ ਵੀ ਉਹ ਦੁੱਧ ਦੇ ਪੈਸੇ ਦੇਣੇ ਹੁੰਦੇ ਆ ਕਰਿਆਨੇ ਦੇ ਦੇਣੇ ਹੁੰਦੇ ਵੀ ਨਹੀਂ ਬਣੀ ਕਿਸ਼ਤ ਨਹੀਂ ਬਣੀ ਅੱਜ ਤੁਹਾਨੂੰ ਉਹਨਾਂ ਨੇ ਖੰਬੇ ਦੇ ਨਾਲ ਬੰਨਿਆ ਸੀਗਾ ਨਾ ਜੀ ਓ ਯਾਰ ਆਹੋ ਬਸ ਹੋਈ ਥੋੜੀ ਮੋਦੀ ਜਿਹੜੀ ਮੱਲੇ ਜੇ ਅਗਲੇ ਕਰਦੇ ਹੀ ਹੈ ਨਾ ਜਿਹਨਾਂ ਦੇਣਾ ਹੋਵੇ ਤੇ ਫਿਰ ਅਗਲੇ ਖੇਚ ਤੂਤ ਕਰਦੇ ਹੀ ਆ ਉਹ ਪਠਾਨ ਜਿਹੜਾ ਫਟ ਹਟ ਕੇ ਪਿੱਛੋਂ ਆਉਣ ਡਿਆ ਸੀ ਬਹੁਤ ਮਾਰਿਆ ਉਹ ਜਿਹੜਾ ਲੰਬਾ ਜੱਬ ਬਾਈ ਸੀਗਾ ਉਹ ਨੀ ਖਾਲਾ ਬਹੁਤ ਗੱਡੀਆਂ ਪਛਤ ਬਹੁਤ ਮਾਵਾ ਬਿਆਂ ਦੀਆਂ ਯਾਰ ਪਸ਼ਤੂ ਜਿਹੜੇ ਕਹਿੰਦੇ ਰਹਿਆ ਮੈਨੂੰ ਕਿਹੜਾ ਸਮਝ ਲੱਗੀ ਉਹਨਾਂ ਦੀ ਹਾ ਵੀ ਉਹ ਗਾਲਾਂ ਕਿਹੜੀਆਂ ਉਹ ਗਾਲਾਂ ਦਾ ਅੱਜ ਮੈਂ ਤੈਨੂੰ ਤਰਜਮਾ ਕਰਾ ਕੇ ਦੱਸਾਂ ਲਾਲਖਾਂ ਤੇ ਤੇਰੇ ਕੰਨਾਂ 'ਚੋਂ ਲਹੂ ਆਉਣ ਲੱਭਣਾ ਮੇਰੇ ਤਾਇਆ ਜੀ ਥੋ ਹੋ ਕੇ ਗਏ ਨੇ ਨਾ ਜੀ ਹਾਂਜੀ ਪਾਕਿਸਤਾਨ ਦੇ ਵਿੱਚੋਂ ਅੱਛਾ ਜੀ 3 ਸਾਲ ਪਹਿਲੇ ਉਹਨਾਂ ਨੇ ਆ ਕੇ ਦੱਸਿਆ ਸੀ ਕਹਿੰਦੇ ਜਿਹੜਾ ਚਾਚਾ ਲਾਲ ਟੇਣਾ ਉਹਨਾਂ ਦੀ ਬੁੱਢੀ ਦੌੜ ਗਈ ਕਿਸੇ ਕੋਈ ਓਏ ਯਾਰ ਦੌੜ ਹੀ ਨਹੀਂ ਉਹਦਣੋਂ ਕਿਤੇ ਉਹਨੇ ਗੱਲ ਵਧਾ ਕੇ ਦੱਸੀ ਐਨੀ ਨਹੀਂ ਦੌੜੀ ਅੱਛਾ ਹਾਂ ਵਾਪਸ ਆ ਗਈ ਸੀ ਇਹ ਗਲੀ 'ਚ ਹੀ ਦੌੜੀ ਐ ਅੱਗੇ ਫੇਰ ਕਿਸੇ ਸ਼ਾਇ ਚ ਬੈਠ ਕੇ ਗਿਆ দৌড়ি ਵਾਲਾ ਕਿਹੜਾ ਚੱਕਰ ਸੀਗਾ ਵੀ ਉਹ ਕਹਿੰਦੇ ਵੀ ਜਲਦੀ ਜਾਣਾ ਵਾ ਫੌਤ ਕੀ ਹੋਈ ਸੀ ਨਹੀਂ ਨਹੀਂ ਵਾਪਸ ਸਾਰੇ ਅੱਗੇ ਫੌਤ ਕੀ ਤੇ ਇੱਥੇ ਰੰਦਾ ਗਿਆ ਵਾ ਔਰ ਚਾਰ ਸਾਲ ਹੀ ਰਿਹਾ ਵਾ ਬਾਹਰ ਦੀਆਂ ਗੱਲਾਂ ਦਾ ਇਹਨੂੰ ਕਈਆਂ ਦਾ ਨਹੀਂ ਵੀ ਪਤਾ ਨਹੀਂ ਨਹੀਂ ਮੇਰੇ 타ਇਆ ਜੀ ਇੱਥੇ ਆਏ ਸੀ ਕਿ ਉਹਨਾਂ ਨੇ ਮੈਨੂੰ ਫਿਰ ਆ ਕੇ ਉੱਤੇ ਦੱਸਿਆ ਕਹਿੰਦੇ ਜੀ ਉਹਨਾਂ ਦੀ ਰਨਿੰਗ ਕਰ ਗਈ ਹੈ ਹਾਂ ਤਾਂ 타ਇਆ ਤੁਹਾਡੇ ਬਰਕਤ ਸਾਹਿਬ ਆ ਦੇਖੋ ਨਾ ਕਿੱਡਾ ਬਲੈਤੀ ਹੈ ਹਾਂਜੀ ਹਾਂਜੀ ਆ ਬਲੈਤੀ ਹੈ 타ਇਆ ਬਲੈਤੀ ਉਹ ਇਹੀ ਗੱਲ ਦੇਖੋ ਨਾ ਕਿੱਡਾ ਅੱਛਾ ਲਫ਼ਜ਼ ਹੈ ਤੁਹਾਡਾ ਵੀ ਉਹ ਰਨਿੰਗ ਕਰ ਗਏ ਹਾਂਜੀ ਹਾਂਜੀ ਹੱਸ ਕੋਈ ਨਹੀਂ ਰਨਿੰਗ ਜਿਹੜੀ ਆ ਸਿਹਤ ਵਾਸਤੇ ਚੰਗੀ ਚੀਜ਼ ਹੈ ਲਾਲ ਵੈਸੇ ਕੱਟਣਾ ਵੀ ਸਿੱਖੇ ਬਿਛਤੀ ਵਾਲੀ ਗੱਲ ਆ ਉਹ ਯਾਰ ਰੁੱਡੀ ਦੌੜਨ ਦਾ ਕਹਿਣ ਡਿਆ ਕਿਥੇ ਤੇਰੇ ਨਿਆਣੇ ਦੌੜਨ ਦਾ ਨਹੀਂ ਕਹਿਣ ਡਿਆ ਉਹ ਬੇਵਕੂਫਾ ਕੁਛ ਚੀਜ਼ਾਂ ਪੜਦੇ ਚ ਵੀ ਰੱਖੀ ਦੀਆਂ ਹੁੰਦੀਆਂ ਹੁਣ ਹੋ ਗਿਆ ਚਲ ਤੇਰੇ ਤੇ ਬਾਹਰ ਦਰਵਾਜ਼ੇ ਅੱਗੇ ਪਰਦਾ ਨਹੀਂ ਹੈਗਾ ਤੇ ਹੋਰ ਕਿਹੜਾ ਪਰਦਾ ਰੱਖ ਲਈਏ ਸੀ ਤੇ ਫਿਰ ਤੁਹਾਡੀ ਜਿਹੜੀ ਬੋਡੀ ਆ ਵਾਪਸ ਆਈ ਹੈ ਜੀ ਕਿ ਨਹੀਂ ਆਈ ਉਹ ਵੇਖੋ ਜੀ ਫਿਰ ਹੁਣ ਮਤਲਬ ਉਹ ਜਦੋਂ ਵਿਗੜ ਹੀ ਗਈ ਗੱਲ ਤੇ ਫਿਰ ਉਹਦਾ ਹੁਣ ਬੰਦੇ ਨੇ ਕੀ ਕਰਨਾ ਹੁਣ ਮਾਸ਼ਾਅੱਲਾ ਜਿਹਦੇ ਨਾਲ ਦੌੜੀ ਆ ਉਹ ਚੋਂ ਵੀ ਚਾਰ ਬੱਚੇ ਯਾਰ ਇਸ ਗੱਲ ਦੇ ਵਿੱਚੋਂ ਤੁਸੀਂ ਕੋਈ ਕੁਝ ਕੀ ਦੇਣਾ ਦੇਣਾ ਤੁਸੀਂ ਇਸ ਗੱਲ ਚ ਅਰਸੋ ਬੱਚੇ ਮਿਲੇ ਆ ਉਹਦੇ ਵਿੱਚੋਂ ਨਵੇਂ ਦੇ ਵਿੱਚੋਂ मामੂ 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 ਕਹਿ ਰਿਆ ਸੀ मामੂ ਟੈਨ मामੂ ਟੈਨ ਮੱਖੀ ਮੇਰੀ ਇੱਕ ਮਿੰਟ ਗੱਲ ਸੁਣ ਲੈ ਜਿਹੜਾ ਵੇਲਾ ਲੰਘ ਗਿਆ ਨਾ ਰਾਤ ਗਈ ਬਾਸ ਗਈ ਤੁਸੀਂ ਹੋਰ ਕੋਈ ਗੱਲ ਕਰੋ ਯਾਰ ਅਸੀਂ ਇਹ ਗੱਲ ਕਹਿਣ ਨੇ ਉਹ ਕਿਉਂ ਗਈ ਉਹ ਯਾਰ ਉਹਦਾ ਆਪਣਾ ਫੇਲ ਆ ਜਿਹਨੇ ਕਰਨੀ ਉਹਨੇ ਪਰਣੀ ਤੁਸੀਂ ਸੁਣਾਓ ਜੀ ਆਪਣਾ ਤੁਹਾਡਾ ਕਿੱਦਾਂ ਬੱਕਰੀ ਬੁکریاں ਚੋਰੀਆਂ ਕਰਨ ਦਾ ਕੰਮ ਠੀਕ ਹੈ ਜੀ ਲਾਓ ਆਇਆ ਹੁਣ ਤੇਰੇ ਵੱਲੋਂ ਸ਼ੁਕਰ ਆ ਮੇਰੀ ਤੇ ਜਾਨ ਛੁੱਟੀ ਆਹੋ ਆਇਆ ਹੁਣ ਤੇਰੇ ਵੱਲੋਂ ਦੇ ਜਵਾਬ ਐ ਨੂੰ ਮੂੰਹ ਕਰ ਓਏ ਖੁੱਡਾ ਕਿੰਨੇ ਖੋਲਿਆ ਓਏ ਬੱਜੀ ਨੇ ਵੀ ਖੋਲਿਆ ਇਧਰ ਨਵੇਂ ਖੁੱਟਾ ਖੁੱਲ ਗਿਆ ਆ ਦੱਸੋ ਜਰਾ ਹੁਣ ਤੁਸੀਂ ਜਿਹੜੇ ਵੇ ਛੋਟਾ ਜਿਹਾ ਹੁੰਦਾ ਸੀ ਤੁਸੀਂ ਤੁਹਾਨੂੰ ਆਏ ਸੀ ਨਾ ਪਿੰਡ ਤੋਂ ਲੋਗ ਇੱਕ ਵਾਰੀ ਉਹਨਾਂ ਤੁਸੀਂ ਉਹਨਾਂ ਦੀ ਬੱਕਰੀ ਕੋ ਚੋਰੀ ਕਰਕੇ ਲੈ ਕੇ ਆਂਦੇ ਸ ਤੇ ਫਿਰ ਉਹਨਾਂ ਨੇ ਤੁਹਾਨੂੰ ਇੱਥੇ ਕੁੱਕੜ ਬਣਾਇਆ ਸੀਗਾ ਇਹਨਾਂ ਨੂੰ ਆਹੋ ਇਦਾਂ ਉਹ ਬੇਬੀ ਦੀ ਬੱਕਰੀ ਸੀ ਇਹ ਕਾਲੀ ਚਿੱਟੀ ਆਹੋ ਇਦਾਂ ਹੀ ਆ ਸਾਹ ਤੇ ਉਦੋਂ ਇਹਨੂੰ ਇੱਥੇ ਗਲੀ ਚ ਕੁਕੜ ਬਣਾਇਆ ਸੀ ਅਗਲੇ ਨੇ ਓਏ ਓ ਤੇ ਮੈਨੂੰ ਮੌਲਵੀ ਸਾਹਿਬ ਨੇ ਕਿਹਾ ਕੁਕੜ ਬਣਾ ਦਿਨ ਨਹੀਂ ਚੜਨ ਡਿਆ ਉਹਨਾਂ ਨੇ ਕਿਹਾ ਕੁਕੜੋ-ਕੜੋ ਕਰ ਲੋਕੀ ਜਾਗਣ ਤੂੰ ਗੱਲ ਬਣਾ ਲਈ ਐ ਐ ਵੀ ਗੱਲ ਤੇ ਪੜਦਾ ਨਾ ਪਾ ਗੱਲ ਬੱਕਰੀ ਵਾਲੀ ਸੀ ਵਿੱਚ ਕੁਕੜ ਤੈਨੂੰ ਉਹਨਾਂ ਮਾਲਕਾਂ ਨੇ ਬਣਾਇਆ ਸੀ ਮਾਲਕਾਂ ਨੇ ਬਣਾਇਆ ਮੇਰਾ ਖਿਆਲ ਇਹ ਤੇ ਜਦਨ ਤੁਹਾਡੀ ਬੀਵੀ ਦੌੜੀ ਐ ਉਸ ਤੋਂ ਹਾਂ 10 ਦਿਨ ਬਾਅਦ ਦੀ ਗੱਲ ਐ ਨਾ ਓ ਯਾਰ ਇਹ ਅੱਗਾ ਪਿਛਾ ਦੀ ਹੈ ਕੋ ਹੈਗਾ ਵਾ ਬਾਕੀ ਗੱਲ ਬੱਕਰੀ ਦੀ ਸੀਗੀ ਉਹਨਾਂ ਦੀ ਤੇ ਹਾਲੇ ਵੀ ਤੁਸੀਂ ਕਰ ਰਹੇ ਹੋ ਚੋਰੀ ਅੱਲਾ ਰਹਿਮ ਕਰੇ ਸੀ ਉਦੋਂ ਵੀ ਨਹੀਂ ਸੀ ਚੋਰਨਾ ਸੀ ਚੋਰ ਦੇ ਭਾਈਵਾਲ ਆ ਐਵੇਂ ਉਹਨਾਂ ਨੇ ਲੜਾਈ ਲੜੋਈ ਹੋਈ ਸੀ ਉਹਨਾਂ ਨੇ ਪਰਚਾ ਕਰਾਤਾ ਬੱਕਰੀ ਚੋਰੀ ਦਾ ਅਸੀਂ ਬੱਕਰੀ ਚੋਰੀ ਕਰਨ ਵਾਲੇ ਲੱਗਣ ਡਾਇਆ ਨਹੀਂ ਨਹੀਂ ਤੁਸੀਂ ਤੇ ਬੈਠੇ ਤੇ ਤਹਿਸੀਲਦਾਰ ਲੱਗ ਰਹੇ ਹੋ ਸਰ ਹੋਵੇ ਤੁਸੀਂ ਮੈਨੂੰ ਜ਼ਲੀਲ ਲੱਗ ਰਹੇ ਕੀ ਮਤਲਬ ਤਹਿਸੀਲਦਾਰੀ ਬੜੀ ਕਿਤੇ ਤੁਹਾਡੀ ਹੈਗੀ ਕੋਈ ਇਹਨੂੰ ਠਾ ਇਥੋਂ ਪਏ ਆਇਆ ਪ੍ਰਾਣਾ ਦੇਰ ਬਾਅਦ ਕਿਤੇ ਇੱਥੇ ਅਗਲਾ ਹੁਣ ਕਹਿੰਦਾ ਬਾਬੀ ਉਹ ਬੱਕਰੀ ਬੁੱਕਰੀ ਕਾਕਾ ਚੋਰੀ ਨਹੀਂ ਸੀ ਕੀਤੀ ਉਹ ਤਾਂ ਪੱਠਿਆਂ ਦੇ ਵਿੱਚ ਕਿਤੇ ਵੜੀ ਸੀ ਉਹ ਲੰਬੜਦਾਰਾਂ ਨੇ ਵੇਖ ਲਈ ਪੱਠੇ ਉਹਨਾਂ ਦੇ ਖੇਹ ਖਰਾਬ ਕਰਨ ਦੇ ਸੀ ਉਹਨਾਂ ਨੇ ਆਣ ਕੇ ਮੈਨੂੰ ਫੜ ਲਿਆ ਤੇ ਮੈਨੂੰ ਕਹਿੰਦੇ ਬੱਕਰੀ ਚੋਰੀ ਦੀ ਐ ਲੈ ਤੇ ਮੁਗੇ ਆਪ ਹੀ ਦੇ ਕੇ ਗਏ ਕਿੰਨੇ ਬੱਚੇ ਨੇ ਮਾਸ਼ਾਅੱਲਾ ਤੁਹਾਡੀ ਬੀਬੀ ਦੇ ਵਿੱਚੋਂ ਉਹ ਦੂਸਰੇ ਬੰਦੇ ਦੇ ਓਏ ਯਾਰ ਮੈਂ ਕਿਹੜਾ ਕੋਈ ਮਤਲਬ ਇੱਥੇ ਕਿਤੇ ਉਹਨਾਂ ਦੇ ਕੋਈ ਨਾਮ ਨੂਮ ਲਿਖਦਾ ਫਿਰਦਾ ਪਤਾ ਨਹੀਂ ਬੜਾ ਠੀਕ ਆ ਹੁਣ ਉਹ ਜਾਣੇ ਤੇ ਉਹ ਜਾਣੇ ਸਾਨੂੰ ਕੀ ਤੇ ਮੈਂ ਉਸ ਨੂੰ ਸੁਣਿਆ ਕਿ ਉਹ ਜਿਹੜਾ ਆਪਣਾ ਉਹ ਜਿਹੜਾ ਲੜਕਾ ਤੁਹਾਡੀ ਬੇਗਮ ਨੂੰ ਲੈ ਕੇ ਤੁਹਾਡੇ ਯਾਰ ਇਸ ਗੱਲ ਚ ਕੋ ਹੈ ਸਾਡਾ ਤਲਕ ਪਰ ਠੀਕ ਆ ਹੋ ਗਿਆ ਹਵਾ ਆ ਗਿਆ ਤੂੰ ਐਵੇਂ ਬਿਲਾ ਵਜਾ ਤੂੰ ਜ਼ਖਮ ਤੇ ਨਮਕ ਪਾਉਣ ਆ ਗਿਆ ਭਾਈ ਤੂੰ ਪੁਰਾਣਾ ਕੀ ਆ ਤੂੰ ਮੈਂ ਯੂਕੇ ਤੋਂ ਆਇਆ ਸੀ ਉਹ ਯਾਰ ਤੂੰ ਯੂਕੇ ਵਾਪਸ ਚਲ ਜਾ ਅਸੀਂ ਬੁਲਾਇਆ ਤੈਨੂੰ ਯੂਕੇ ਤੋਂ ਹਾਂ ਯੂਕੇ ਸਾਡੀਆਂ ਤੂੰ ਗੱਲਾਂ ਕਰੀ ਜਾਣਾ ਵਾ ਵੀ ਹੋ ਗਈ ਗੱਲ ਯਾਰ ਇੱਕ ਹੁੰਦਾ ਵਾ ਅਸੀਂ ਉਹਨੂੰ ਭੁੱਲਣਾ ਚਾਹੁੰਨੇ ਆ ਤੂੰ ਫੇਰ ਉਹੀ ਗੱਲ ਕਰੀ ਜਾਣਾ ਤੂੰ ਆਇਆ ਮਾ ਤੂੰ ਅچھے ਤਰੀਕੇ ਦੇ ਨਾਲ ਤੂੰ ਬੱਚਿਆਂ ਰਗਾ ਤੂੰ ਆਣ ਕੇ ਕੋਈ ਸਾਡੇ ਕੋਲੋਂ ਸ਼ਾਬਾਸ਼ ਲੈ ਤੂੰ ਪਿਛਲੀਆਂ ਗੱਲਾਂ ਭੋਲਣ ਦੇ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨੀ ਡੇਰ ਚ ਕਈ ਲੋਕ ਨਵੇਂ ਆ ਗਏ ਕਈ ਪੁਰਾਣੇ ਤੂੰ ਉਹਨਾਂ ਨੂੰ ਵੀ ਦੱਸਣਾ ਚਾਹੁੰਨਾ ਕਿ ਇੱਥੇ ਕੀ ਕੀ ਹੋਇਆ ਤੁਹਾਡਾ ਐਕਸੀਡੈਂਟ ਹੋਇਆ ਕਦ ਵਾਸਤੇ ਅੱਜ ਜਵਾੜਾ ਟੁੱਟਾ ਹੈ ਤੁਹਾਡਾ ਕੀ ਮਸਲਾ ਹੈ ਕਿਹੜਾ ڈاکੂ ਹੈ ਕਿਹੜਾ ਜਵਾੜਾ ਟੁੱਟ ਗਿਆ ਹੈ ਉੱਜ ਬਾੜਾ ਨਹੀਂ ਹੈਗਾ ਲਕਵਾ ਹੋਇਆ ਸੀਗਾ ਜੰਗਲੀ ਕਬੂਤਰ ਲਿਆ ਵਾ ਤੇ ਉਹ ਖੁਆਇਆ ਇਹਨੂੰ ਤੇ ਉਹਨਾਂ ਨੇ ਆਖਿਆ ਜ਼ਰਾ 4 ਦਿਨ ਮੂੰਹ ਬੰਦ ਕੇ ਰੱਖੋ ਬਸ ਹੋਰ ਕੀੜੀ ਉਹ ਜਿਹੜਾ ਤੁਹਾਡੀ ਬੀਗਮ ਲੈ ਕੇ ਦੌੜਿਆ ਉਹ ਸ਼ਿਕਾਇਤ ਯਾਰ ਇਸ ਗੱਲ ਦੇ ਵਿੱਚ ਕੋਈ ਹੈ ਤਲਕ ਭਲਾ ਲਕਵਾ ਵਾ ਜੰਗਲੀ ਕਬੂਤਰ ਦੀ ਗੱਲ ਆ ਤੂੰ ਵਿੱਚ ਇੱਕ ਲੈਦਾ ਕਬੂਤਰ ਜਾ ਉਡਾ ਦੇਣਾ ਗੱਲ ਦਾ ਨਹੀਂ ਉਹ ਨਹੀਂ ਲੈ ਕੇ ਦਿੱਤਾ ਕਬੂਤਰ ਮੈਨੂੰ ਕੀ ਪਤਾ ਇਹਨੇ ਮੰਗਵਾਇਆ ਸੀ ਕਿਸੇ ਤੋਂ ਮੈਂ ਤੁਹਾਡੇ ਨਾਲ ਚੱਲਦੇ ਆਂ ਅਸੀਂ ਉਹਨਾਂ ਨੂੰ ਮਨਾ ਕੇ ਲੈ ਕੇ ਆਨੇ ਵਾਪਸ ਤੁਸੀਂ ਆਉਂ ਜਾਂ ਨੂੰ ਮੈਂ ਜਾ ਕੇ ਲੈ ਕੇ ਆਨੇ ਤੇਰੇ ਤੇ ਤੇਰੇ ਨਾਲ ਤੇਰਾ ਤੂੰ ਕੀ ਸਰਪੰਚਾਂ ਕੋ ਇਸ ਇਲਾਕੇ ਦਾ ਵੀ ਤੇਰੀ ਮੰਨ ਲੈਣਗੇ ਅਗਲੇ ਜਿਹਨੇ ਸਾਡੀ ਨਹੀਂ ਰੱਖੀ ਤੇਰੀ ਕੀ ਰੱਖੂਗਾ ਚਲੋ ਹਾਲੇ ਜੁਲੇ ਬੇਰਾਂ ਦਾ ਕੁਝ ਨਹੀਂ ਗਿਆ ਚਾਰ ਤਾਂ ਨਿਆਣੇ ਹੋਏ ਨੇ ਸਿਰਫ ਓ ਜੁਲੇ ਬੇਰਾਂ ਦਾ ਕੁਝ ਵੀ ਨਹੀਂ ਹੋਇਆ ਚੇਰੇ ਵੀ ਕੁਝ ਨਹੀਂ ਹੋਏਗਾ ਓਏ ਓ ਜਾਣਦੇ ਓ ਭਾਈ ਓ ਭਰਾਵਾ ਓਏ ਹਟ ਜਾ ਇਸ ਗੱਲ ਤੋਂ ਕੀ ਲੈਣਾ ਦੇਣਾ ਤੂੰ ਕਿਹੜੇ ਬੱਚੇ ਸਕੂਲ ਪੜਦੇ ਨੇ ਉਹਦੇ ਕਿਉਂ ਤੂੰ ਚੱਕਣੇ ਹੈਂ ਹੈਂ ਕਿੱਥੇ ਮਰਜ਼ੀ ਪੜਨ ਸਾਡਾ ਜਦੋਂ ਉਹਨਾਂ ਨਾਲ ਤਲਕ ਹੀ ਕੋਈ ਨਹੀਂ ਸਾਡੇ ਲੋ ਪੜਨ ਨਾ ਪੜਨ ਮੋਟਰਸਾਈਕਲਾਂ ਦਾ ਕੰਮ ਕਰਨ ਪਾਵਾਂ ਪਰਫ ਵਾਲੇ ਫੱਟੇ ਤੇ ਬਹਿਣ ਪਾਵਾਂ ਕੋਸ਼ਿਸ਼ ਕਰਨ ਸਾਨੂੰ ਕੀ ਬਰਫ ਦੇ ਕੰਮ ਤੇ ਲਾਇਓ ਨੇ ਬੱਚੇ ਮੋਟਰਸਾਈਕਲਾਂ ਦੇ ਉਹ ਯਾਰ ਮੈਨੂੰ ਕੀ ਪਤਾ ਇਸ ਗੱਲ ਦਾ ਮੈਂ ਬੰਜਲੇ ਛੋਟਾ ਹੁੰਦਾ ਸੀ ਕੱਚਾ ਪਾ ਕੇ ਮੈਂ ਤੇ ਖੜਾ ਹੁੰਦਾ ਸੀ ਉਹ ਤੂੰ ਭਾਵੇਂ ਕੱਚਾ ਪਾ ਕੇ ਫੈਦਾ ਹੁੰਦਾ ਤੇ ਭਾਵੇਂ ਤੂੰ ਪੂਰੇ ਕੱਪੜੇ ਪਾ ਕੇ ਫੈਦਾ ਹੁੰਦਾ ਸਾਨੂੰ ਕੀ ਤਕਲੀਬ ਹੈ ਹਾਂ ਦੱਸ ਭਲਾ ਮੈਂ ਮੈਂ ਇਹਦੇ ਇਹਦੇ ਕੱਚੇ ਨਹੀਂ ਕਹੀ ਜਾਣਦੇ ਜਿਵੇਂ ਅਸੀਂ ਤੈਨੂੰ ਸਮਾ ਕੇ ਦਿੱਤਾ ਸੀ ਬੁੱਢੀ ਤੁਹਾਡੀ ਬਹੁਤ ਖੂਬਸੂਰਤ ਸੀ ਆਹ ਯਾਰ ਖੂਬਸੂਰਤ ਤੈਨੂੰ ਕੀ ਭਾਈ ਇਸ ਗੱਲ ਦਾ ਮੂੰਹ ਮੱਥੇ ਲੱਗਦੀ ਸੀ ਉਹ ਮੂੰਹ ਮੱਥੇ ਵੀ ਲੱਗਦੀ ਸੀ ਪੂਰੇ ਮਹੱਲੇ ਦੇ ਮੱਥੇ ਵੀ ਲੱਗਦੀ ਸੀ ਤੈਨੂੰ ਤਕਲੀਫ ਆ ਬਸ ਹੁਣ ਉਹ ਮੇਰੇ ਮੱਥੇ ਨਹੀਂ ਲੱਗਦੀ ਬਸ ਖਤਮ ਹੋ ਗਈ ਗੱਲ ਮੈਂ ਜਦੋਂ ਯੂਕੇ ਤੋਂ ਚੱਲੇ ਆ ਨਾ ਜੀ ਉੱਥੋਂ ਤੂੰ ਯੂਕੇ ਤੱਕ ਕਿਉਂ ਚੱਲੇ ਆ ਤੈਨੂੰ ਇੱਥੇ ਕਿਸੇ ਨੇ ਸੱਦਾ ਪਾਇਆ ਸੀ ਤੈਨੂੰ ਖਤ ਲਿਖ ਕੇ ਭੇਜਿਆ ਸੀ ਓਏ ਉਹ ਤੈਨੂੰ ਯੂਕੇ ਤੋਂ ਕਿਹਨੇ ਇੰਝ ਕਰਕੇ ਧਾਗਾ ਖਿੱਚ ਕੇ ਐਨੂੰ ਛੱਡਿਆ ਵੀ ਜਾ ਲਾਲ ਟੈਨ ਦੇ ਮੱਥੇ ਲੱਗ ਹੈਂ ਤੇ ਤੂੰ ਸ ਤੇ ਮਸ਼ਹੂਰ ਬੰਦੇ ਹੋ ਰਸਲ ਓ ਯਾਰ ਮਸ਼ਹੂਰ ਬੰਦੇ ਕੀ ਇਹ ਕੀ ਗੱਲ ਹੈ ਹੈਂ ਮੈਂ ਇਹਦੇ ਵਿੱਚ ਕਾਹਦੀ ਮਸ਼ਹੂਰੀ ਬੁੱਢੀ ਇਹਦੀ ਸ਼ਾਨ ਨਾ ਧੌੜੀ ਹੈ ਕਿ ਮਸ਼ਹੂਰ ਆਦਮੀ ਹੈ ਹਾਂ ਕੀ ਮਸ਼ਹੂਰੀ ਇੱਥੇ ਮੈਂ ਆਪਣੇ ਇੱਥੇ ਆ ਕੇ ਕਿਹਾ ਆਪਣੇ ਭਾਈ ਨੂੰ ਮੈਂ ਕਿਹਾ ਜੀ ਮੈਂ ਉਹ ਚਾਚੇ ਲਾਲਚੰਨ ਨੂੰ ਮਿਲਣਾ ਉਹ ਕਹਿੰਦੇ ਜਿਹਦੀ ਬੁੱਢੀ ਧੌੜੀ ਸੀਗੀ ਬਹੁਤ ਅੱਛੇ ਤੇਰੇ ਉਹ ਜਾ ਭਰਾਵਾ ਆਪਣਾ ਕੰਮ ਕਰ ਜਾ ਕੇ ਤੁਸੀਂ ਇਹ ਨਾ ਕਿਤੇ ਟਾਈਮ ਨਾਲ ਕਿਤੇ ਟਾਈਮ ਕੱਢ ਕੇ ਕਜ਼ਾਈ ਲਾਈ ਨਾ ਫੌਤ ਹੋ ਜਾਓ ਤੁਸੀਂ ਪੂਰੇ ਮੱਲੇ ਦੀ ਬਦਨਾਮੀ ਬਣੇ ਹੋ ਉਹ ਬਦਨਾਮੀ ਯਾਰ ਇਹੋ ਜੇ ਜਦੋਂ ਵਿੱਚ ਆ ਜਾਂਦੇ ਨੇ ਬਿਲਾ ਵਜ੍ਹਾ ਜੀ ਚਲਦੇ ਪਾਣੀ ਦੀ ਟੋੜਾ ਮਾਰਨ ਆ ਗਏ ਨੇ ਉਹ ਗੱਲ ਮੁੱਕ ਗਈ ਭਰਾਵਾ ਇਹ ਪੁਰਾਣੀ ਗੱਲ ਆ ਹੁਣ ਉਹਦੇ ਚਾਰ ਨਿਆਣੇ ਆ ਅਸੀਂ ਹੁਣ ਕੀ ਲੈਣਾ ਦੇਣਾ ਇਸ ਗੱਲ ਚ ਕੀ ਨਾਂ ਸੀ ਉਹਦਾ ਫਲਾਦ ਮੈਨੂੰ ਦੱਸਣਾ ਜ਼ਰਾ ਉਹਦਾ ਨਾਮ ਜੋ ਵੀ ਸੀਗਾ ਦਫਾ ਕਰ ਯਾਰ ਉਹ ਤੂੰ ਵੀ ਦੱਸ ਦੇ ਸਫੀਆ 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 ਸਾਡੇ ਲੋ ਰਫੀਆ ਦਫੀਆ ਦਫੀਆ ਹੁਣ ਕਿਸੇ ਸੌਖੇ ਮੁੰਡੇ ਨਾਲ ਵਸੀ ਆ ਐਵੇਂ ਉਹ ਬਰਕਤ ਵਲੇਤੀ ਆਲੇ ਆ ਪਰ ਆ ਪਰ ਬਰਕਤ ਵਲੇਤੀ ਆ ਸਾਰੀ ਜ਼ਿੰਦਗੀ ਉਹਨੇ ਆ ਮੁਕਬਰੀਆਂ ਕੀਤੀਆਂ ਹੁਣ ਸੱਚੀ ਗੱਲ ਸੁਣਦਾ ਆਪਣੇ ਦਾਦੇ ਦੀ ਤੇ ਸਾਰੀ ਜ਼ਿੰਦਗੀ ਇਹਦੇ ਦਾਦੇ ਨੇ ਮੁਕਬਰੀਆਂ ਕੀਤੀਆਂ ਇਹ ਬਲੈਦ ਕਿਤੇ ਐਵੇਂ ਨਹੀਂ ਘਮ ਹੁੰਦੇ ਇਹਦੇ ਦਾਦੇ ਦਾ ਪਤਾ ਤੈਨੂੰ ਕੀ ਜिले ਮੈਂ ਇੱਕ ਵਾਰੀ ਰਾਤ ਨੂੰ ਇਸ ਮਲੇ ਦੇ ਵਿੱਚ ਰੋਲਾ ਪਿਆ ਰੋਲਾ ਪਿਆ ਤੁਹਾਡੇ ਘਰ ਦੇ ਵਿੱਚ ਪੁਲਿਸ ਵੱਟ ਗਈ ਸੀ ਕਿੰਨੇ ਦੇ ਘਰ ਵਾਰ ਗਈ ਸੀ ਪੁਲਿਸ ਸਾਡਾ ਬੂਆ ਨਹੀਂ ਹੈਗਾ ਲੈ ਹੈ ਬਿਲਾ ਬਜਾਈ ਪੁਲਿਸ ਵਾਜ ਗਈ। ਮੈਂ ਤੂੰ ਤੁਸੀਂ ਕਿਸੇ ਦਾ ਕਹਿੰਦੇ ਕਿ ਗਾਡਰ ਚੋਕ ਕੇ ਲੈ ਸਿਗਰ। ਸਟੌਨ ਗਾਡਰ ਚੋਕ ਕੇ ਲਿਆ ਹੈ। ਤੁਸੀਂ ਮੈਂ ਨਸ਼ਾ ਕਰਦਾ। ਹਾਂ ਤੋ ਤੁਹਾਡਾ ਇੱਕ ਛੋਟਾ ਪਾਈ ਵੀ ਹੁੰਦਾ ਸੀਗਾ ਮਾਜਾ ਜਿਹੜਾ ਉਹ ਪਾਕਟ ਕਟਰ। ਜੇਬਾ ਕੱਟਦਾ ਹੁੰਦਾ ਸੀਗਾ ਜਿਹੜਾ। ਤੇ ਜੇ ਤੂੰ ਇਹ ਹੀ ਗੱਲ ਸਿੱਧੀ ਕਰ ਲਵੇਂ ਕਿ ਜਿਹੜਾ ਤੁਹਾਡਾ ਭਰਾ ਹੁੰਦਾ ਸੀ ਮਾਜਾ ਜੇਬਾਂ ਕੱਟਦਾ। ਉਹ ਮੇਰਾ ਕਿਹੜਾ ਭਰਾ ਜੇਬਾਂ ਕੱਟਦਾ ਸੀ? ਮਾਜਾ। ਅਜੀ ਰਬਲੇਡ ਸਾਡੀ ਵਜ੍ਹਾ ਤੋਂ ਬਣੀ ਹੈ। ਜੇਬਾਂ ਕੱਟਦਾ ਸੀ। ਉਹ ਐਵੇਂ ਕਿਸੇ ਟਾਈਮ ਨੰਗਣ ਡਿਆ। ਆਹੋ। ਹੈਂ? ਰਸ਼ ਬੜਾ ਸੀ ਉਹ ਨਾਲ ਦੇ ਦੀ ਜੇਬ 'ਚ ਹੱਥ ਪੈ ਗਿਆ ਲਓ ਜੀ ਉੱਥੋਂ ਕਹਿੰਦੇ ਜੀ ਇਹ ਜੇਬ ਕਤਰਾ ਜੀ ਓਏ ਇਲਜ਼ਾਮ ਹੀ ਲੱਗੇ ਨੇ ਬਸ ਅੱਗੋਂ ਕਿਹੜਾ ਗੁਣ ਨਾਲੇ ਕਿਹੜਾ ਉਹਦੀ ਜੇਬ 'ਚ ਮੱਡੀ ਮੱਡੀ ਸੀ ਬੰਦੇ ਦੀ ਕੀ ਮਤਲਬ ਕਿ ਜਿਹੜਾ ਤੁਰੇ ਜਾਂਦੇ ਦੇ ਵਿੱਚ ਹੱਥ ਪੈ ਗਿਆ ਡਿਗ ਇਹ ਅੱਲਾਹ ਦਾ ਸ਼ੁਕਰ ਕਰੋ ਕਿ ਤੇ ਜੇਬ ਦੇ ਵਿੱਚ ਡਿਗ ਨਹੀਂ ਪਿਆ ਉਹ ਕੱਲਾ ਹੱਥ ਪਿਆ ਸੀ ਉਹਦਾ ਕੀ ਉਹ ਤੋਏ ਦੀ ਜੇਬ ਕੱਟਣ ਲੱਗਾ ਸੀ ਤੇ ਫਿਰ ਹੱਥ ਕਿੱਦਾ ਪੈ ਗਿਆ ਯਾਰ ਓਏ ਹੱਥ ਪੈ ਜਾਂਦੇ ਹੁੰਦੇ ਆ ਇਹ ਹੁਣ ਮੇਰੇ ਨਾਲ ਬੈਠਾ ਦੀ ਜੇਬ 'ਚ ਹੱਥ ਪੈ ਗਿਆ ਹਾਂਜੀ ਹੱਥ ਪੈ ਜਾਂਦਾ ਹੁੰਦਾ ਜਿਸ ਤਰ੍ਹਾਂ ਉਸ ਮੁੰਡੇ ਦਾ ਤੁਹਾਡੀ ਬੁੱਢੀ ਦੇ ਹੱਥ ਓ ਯਾਰ ਇਸ ਗੱਲ ਦੇ ਵਿੱਚ ਤੂੰ ਫੇਰ ਉਧਰ ਨੂੰ ਲੈ ਕੇ ਟੁਰ ਪੈਣਾ ਗੱਲ ਨੂੰ ਉਸ ਮੁੰਡੇ ਦਾ ਹੱਥ ਪੈ ਗਿਆ ਬਸ ਠੀਕ ਆ ਓ ਜੇ ਉਹਨੇ ਨਵੀਂ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਹੀ ਲਈ ਆ ਤੇ ਕਿਉਂ ਉਹਦੇ ਖੌਰੂ ਪਟਣ ਡਿਆ ਤੂੰ ਕਾਕਾ ਦੁਬਾਰਾ ਸ਼ਾਦੀ ਕੀਤੀ ਹੈ ਦੁਬਾਰਾ ਸ਼ਾਦੀ ਕੀਤੀ ਹੈ ਕਿਸੇ ਨੇ ਇਹਨਾਂ ਦੀ ਜਿਹੜੀ ਦੂਸਰੀ ਬੁੱਢੀ ਹੈ ਆਹਾ ਆਹ ਓਏ ਸੁਬਾਨ ਅੱਲਾ ਉਹ ਕੋਈ ਸ਼ਰਮ ਕਰ ਤੇ ਐਡੀ ਨੇਕ ਔਰਤ ਮੈਂ ਨਹੀਂ ਦੇਖੀ ਉਹ ਪਹਿਲੇ ਤੇ ਬੜੀ ਬਦਬਖਸ਼ ਸੀ ਚਲਿਏ ਮੈਂ ਕਹਿੰਨਾ ਤੁਹਾਡੇ ਘਰ ਦੀ ਚਾਹ ਪੀਏ ਕੀ ਗੱਲ ਜਨਾਬ ਸਾਡੇ ਘਰ ਕੋ ਕੈਫੇਟੇਰੀਆ ਬਣਿਆ ਉਹ ਦਿਨ ਦੀ ਗੱਲਾਂ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਰਾਤ ਦੇ ਮਿਸਤਰੀ ਹੋ ਕਿਉਂਕਿ ਰਾਤ ਨੂੰ ਚੋਰੀਆਂ ਕਰਨੀਆਂ ਹੁੰਦੀਆਂ ਬੰਦੇ ਦਿਨ ਉਹ ਯਾਰ ਖੁਦਾ ਦਾ ਨਾਮ ਹੀ ਤੂੰ ਕਿਹੜੇ ਕੰਮਾਂ 'ਚ ਪਿਆ ਆ ਵਾ ਹੈ ਅਸੀਂ ਸਾਰੀ ਜ਼ਿੰਦਗੀ ਤੇਰੇ ਵੱਡਿਆਂ ਦੀ ਇੱਜ਼ਤ ਕੀਤੀ ਆ ਹਾਂ ਹੈ ਤੇਰੇ ਵੱਡਿਆਂ ਨਾਲ ਚੰਗੀ ਬਣੀ ਆ ਤੇ ਨਿਭਣ ਲਈ ਆ ਤੂੰ ਵਿੱਚ ਆ ਕੇ ਨਵੇਂ ਫਲੋਰ ਸਾਡੇ ਵੱਡਿਆਂ ਨਾਲ ਤਾਂ ਤੁਹਾਡੀ ਚੰਗੀ ਬਣ ਗਈ ਲੇਕਿਨ ਤੁਹਾਡੀ ਬੁੱਢੀ ਨਾਲ ਨਹੀਂ ਬਣੀ ਤੁਹਾਡੀ ਓਏ ਯਾਰ ਇਸ ਗੱਲ 'ਚ ਤੂੰ ਲੈਣਾ ਕੀ ਆ ਬਈ ਓਏ ਉਹਦੀ ਦੂਸਰੀ ਬੁੱਢੀ ਨੂੰ ਪਤਾ ਲੱਗ ਜੂਗਾ ਯਾਰ ਅਸੀਂ ਇਹਦਾ ਵਿਆਹ ਦੁਬਾਰਾ ਕਰਾਇਆ ਵਾਗੇ ਹਜੇ ਤਵਾਰਾ ਵਾ ਤੁਸੀਂ ਵੈਸੇ ਗੁੱਸਾ ਬਹੁਤ ਕਰਦੇ ਹੋ ਨਾ ਔਰ ਗੁੱਸਾ ਯਾਰ ਕੋਈ ਤੂੰ ਗਾਲੀ ਉਹੋ ਜੀ ਕਰ ਰਿਆ ਵਾ ਇਸ ਗੱਲ 'ਚ ਤੂੰ ਕੀ ਲੈਣਾ ਦੇਣਾ ਛੱਡ ਪਰਾਂ ਇਸ ਗੱਲ ਨੂੰ ਮੈਂ ਕਿਹੜਾ ਕਾਲਮ ਲਿਖ ਦਿੱਤੇ ਤੁਹਾਡੇ ਬੁੱਢੀ ਦੌੜਨ ਦੇ ਉੱਤੇ ਕਾਲਮ ਲਿਖਤੇ ਤੂੰ ਕਾਲਮ ਐਡਾ ਅਖਬਾਰ ਨਵੀਸ ਰਹਿਣਾ ਕਿ ਤੇ ਤੂੰ ਕਾਲਮ ਲਿਖਦਾ ਫਿਰਦਾ ਹੈ ਇਹਦੀਆਂ ਗੱਲਾਂ ਲਿਖੀ ਦੀਆਂ ਹੁੰਦੀਆਂ ਨਹੀਂ ਇਦਾਂ ਦੀਆਂ ਗੱਲਾਂ ਕੌਣ ਲਿਖਦਾ ਹੁੰਦਾ ਹੈ ਤਾਂ ਬਸੀਨਾ ਬਸੀਨਾ ਫੈਲਦੀਆਂ ਨੇ ਨਾ ਇਹ ਸੀਨਾ ਬਸੀਨਾ ਹੁਣ ਜਦੋਂ ਦਰਦ ਹੋਣ ਡਿਆ ਹੋਵੇ ਉਹਨਾਂ ਗੱਲਾਂ ਨੂੰ ਨਹੀਂ ਛੇੜੀਦਾ ਸਮਝ ਆਈ ਕਿ ਨਹੀਂ ਹੁਣ ਤੂੰ ਖਬਰਦਾਰ ਜੇ ਕੋਈ ਗੱਲ ਕੀਤੀ ਇਸ ਤਰ੍ਹਾਂ ਦੀ ਤੇ ਮੈਂ ਕਹਿੰਦਾ ਚੱਲੀਏ ਤੁਹਾਡੇ ਚਾਹ ਪੀਏ ਚੱਲ ਵਜਾ ਮੇਰੇ ਅਲ ਜਾ ਕੀ ਇਹ ਜੁਮਲਾ ਤੈਨੂੰ ਕਹਿਣਾ ਚਾਹੀਦਾ ਸੀਗਾ ਮੈਂ ਕਿਉਂ ਕਵਾਂ ਤੈਨੂੰ ਆ ਜੋ ਕੁਝ ਤੂੰ ਮੈਨੂੰ ਕਹਿਣ ਦੇ ਆ ਵਾ ਬੇਵਕੂਫਾ ਨਿਲੈਕਾ ਸਿੱਧੇ ਆ ਜਿਆ ਤੂੰ ਕੀ ਮੇਰੇ ਮੱਥੇ ਲਗਾ ਆ ਕੇ ਮੈਂ ਯੂਕੇ ਤੋਂ ਆਇਆ ਮੈਂ ਆ ਗਿਆ ਯਾਤੀ ਯੂਕੇ ਤੋਂ ਆਇਆ ਤਾਂ ਤੂੰ ਵਾਪਸ ਚਲੇ ਜਾ ਜਾ ਚਲਾ ਜਾ ਸਾਡੇ ਵੱਲੋਂ ਤੈਨੂੰ ਮੌਲਾ ਦਾ ਵਾਸਤਾ ਹੈ ਜਾ ਚਲੇ ਜਾ ਜਾ ਚਲਾ ਜਾ ਮम्मा ਬੋਲਦਾ ਵੇ ਕਿਦਾਂ ਤੈਨੂੰ ਇੱਥੋਂ ਚੰਗੇ ਭਲੇ ਪੰਜਾਬੀ ਭੇਜੇ ਆ ਮਾ ਜੱਜਾ ਨਹੀਂ ਕਾ ਜਾ ਹੁੰਦਾ ਸੀ ਨਾ ਅੱਛਾ ਮੱਕਾ ਛੱਟੇ ਵਿੱਚ ਹੁੰਦਾ ਸੀ ਕੀ ਗੱਲ ਹੈ ਇੱਥੇ ਛੱਪੜ ਸੀ ਉਦੋਂ ਤੂੰ 24 ਘੰਟੇ ਕੱਛੇ ਜੀ ਹੁੰਦਾ ਸੀ ਬੱਚ ਬਹੁਤ ਸੋਹਣੀ ਐ ਸੀ ਮਾਸ਼ਾਅੱਲਾ ਬਹੁਤ ਸੋਹਣੀ ਹੈ ਯਾਰ ਤੁਸੀਂ ਇਸ ਗੱਲ ਚੋ ਕੀ ਲੈਣਾ ਦੇਣਾ ਤੁਸੀਂ ਇਸ ਗੱਲ ਦੇ ਵਿੱਚੋਂ ਕੁਝ ਨਿਆਣਾ ਇੱਕ ਅਦਾ ਲਿਆ ਕਿ ਨਹੀਂ ਲਿਆ ਯਾਰ ਇਹ ਰੱਬ ਦੇ ਕੰਮ ਨੇ ਹਾਂ ਤੇ ਅੱਲਾਹ ਬਿਹਤਰ ਕਰੇਗਾ ਜੋ ਵੀ ਹੋਏਗਾ ਜੋ ਨਸੀਬਾਂ ਦਾ ਧੀ ਹੋਵੇ ਪੁੱਤਰ ਹੋਵੇ ਨਿਹਮਤ ਹੋਵੇ ਰਹਿਮਤ ਹੋਵੇ ਜੋ ਕੁਝ ਵੀ ਹੈ ਸਾਡਾ ਮਾਮਲਾ ਨਹੀਂ ਉਧਰ ਤਾਂ ਤੁਹਾਡੀ ਦੌੜ ਲੱਗੀ ਹੋਈ ਹੈ ਅਗਲਾ ਤੁਹਾਡੇ ਵਾਲੀ ਦੇ ਵਿੱਚੋਂ ਚਾਰ ਲੈ ਲਿਆ ਤਾਂ ਤੁਹਾਡੇ ਚਾ ਲੈ ਜਾ ਕੰਮ ਕਰ ਜਾ ਕੇ ਚਾਰ ਲੈ ਲਿਆ ਪੰਜ ਲੈ ਲਿਆ ਝੋਲੀਆਂ ਨਹੀਂ ਭਰ ਲੀਆਂ ਉਹਨਾਂ ਨੇ ਨਹੀਂ ਆ ਬੱਕਰੀ ਚੋਰ ਨੇ ਦੱਸਿਆ ਕਿ ਕਹਿੰਦਾ ਕਿ ਬਾਈ ਵਾ ਤੁਹਾਡਾ ਚਾਰ ਬੱਚੇ ਨੇ ਉਹ ਦੂਸਰੇ ਬੰਦੇ ਦੇ ਵਿੱਚੋਂ ਯਾਰ ਜਦੋਂ ਸਾਡਾ ਮਾਮਲਾ ਨਿਬੜ ਗਿਆ ਮੁਕਮਕਾ ਹੋ ਗਿਆ ਛੋਟਛਿਟਾ ਹੋ ਗਿਆ ਅਸੀਂ ਇਸ ਗੱਲ 'ਚ ਕੀ ਲੈਣਾ ਦੇਣਾ ਚਾਰ ਹੋਣ ਦੋ ਹੋਣ ਉਹਨਾਂ ਦੇ ਬਈ ਇਹ ਗॉड ਸਨੇਚਰ ਨੇ ਦੱਸਿਆ ਮੈਨੂੰ ਇਹ ਗॉड ਨੇ ਕਿਹਾ ਤੂੰ ਆਇਆ ਕਿੱ데 ਛੇ ਹੈ ਮੈਂ ਯੂਕੇ ਤੋਂ ਆਇਆ ਜੀ ਤੁਸੀਂ ਯੂਕੇ ਹੀ ਦਫਾ ਹੋ ਜਾਓ ਖਾ ਲੋ ਤੁਹਾਡੀ ਉੱਥੋਂ ਚਲੋ ਚਲੋ ਨਿਕਲੋ ਇੱਥੋਂ ਚਲੋ ਉੱਠ ਚੱਲ ਬਾਜਿਆ ਇੱਥੋਂ ਕੰਮ ਖਾਈ ਨਾ ਕੋ ਪਤਾ ਨਾ ਹਰ ਬੰਦੇ ਨੂੰ ਪਛਾਈ ਜਾਂਦੇ ਹੋ ਤੁਹਾਡੀ ਬੁੱਢੀ ਪੱਜ ਗਈ ਉਹ ਯਾਰ ਤੈਨੂੰ ਕੀ ਇਸ ਗੱਲ ਦੇ ਨਾਲ ਓਏ ਉਹਦੀ ਪੱਜ ਗਈ ਆ ਉਹਦੀ ਦੂਈ ਵੀ ਪੱਜਣੀ ਆ ਉਹ ਕੀ ਗੱਲ ਕਰ ਰਹੇ ਆ ਯਾਰ ਤੂੰ ਛੱਡ ਦੇ ਇਸ ਗੱਲ ਨੂੰ ਯਾਰ ਅਜਾ ਭਾਈ ਆਪਣਾ ਕੰਮ ਕਰ ਜਾ ਕੇ ਉਹ ਪਹਿਲੀ ਜਣੇ ਇਹਦੇ ਮੂੰਹ ਤੇ ਕਾਲੋਕ ਮਲ ਗਈ ਆ ਦੂਸਰੀ ਨੇ ਵੀ ਇਹਦੇ ਮੂੰਹ ਤੇ ਕਾਲੋ ਮਲ ਲਈ ਕੀ ਕਰ ਲਿਆ ਯਾਰ ਤੂੰ ਕਮਾਲ ਆ ਤੇਰੇ ਅਲੀ ਤੈਨੂੰ ਕਹਿੰਦੇ ਆ ਜਾਣਦੇ ਇਸ ਗੱਲ ਨੂੰ ਖੋਤਾ ਸਾਰੇ ਜਾਣਦਾ ਮੈਂ ਬਚਪਨ ਸਾਇ ਸੀ ਉਦੋਂ ਵੀ ਇੱਥੇ ਕੰਜਰ ਖਾਣੇ ਸੀ ਤੂੰ ਬਚਪਨ ਵਿੱਚ ਉਦੋਂ ਆਇਆ ਸੀ ਇੰਜ ਇਨ ਕੱਚਾ ਪਾਇਆ ਸੀ ਉਦੋਂ ਵੀ ਦੌੜੀ ਸੀ ਅੱਜ ਵੀ ਦੌੜੇਗੀ ਆ ਚੱਲ ਕੀ ਕਰ ਰਿਹਾ ਯਾਰ ਤੂੰ ਯਾਰੀ ਮੈਂ ਜਿੰਨੇ ਵਾਰੀ ਵੀ ਪਾਕਿਸਤਾਨ ਆਉਣਾ ਇਹਦੀ ਬੁੱਢੀ ਨੂੰ ਦੌੜਾ ਚੱਲੋ ਜਾ ਤੂੰ ਐਡਾ ਹਰ ਵਾਰੀ ਆ ਕੇ ਤੂੰ ਐਸੇ ਕੰਮ ਲਗਾ ਰਹਿਣਾ ਤੂੰ ਕਮਾਲ ਹੋ ਗਈ ਏ ਤੇਰੇ ਵਾਲੀ ਦੂਜੀ ਵੀ ਨਹੀਂ ਲੱਤੀ ਓਏ ਤੂੰ ਏਡਾ ਨਹੀਂ ਆਇਆ ਵੀ ਦੌਣ ਨਹੀਂ ਹੈ ਜਾ ਓਏ ਸ਼ਰਮ ਕਰ ਓ ਸ਼ਰਮ ਨਲਾਇਕਾ ਦੌੜ ਨਹੀਂ ਆ ਓ ਜਾ ਭਾਈ ਆਪਣਾ ਕੰਮ ਕਰ ਜਾ ਕੇ ਤੂੰ ਸਾਡੀ ਜਿੱਦਾਂ ਦੇ ਬਦੀ ਜਾਂ ਨਿਭਣ ਦੇ ਚੱਲ ਮੱਖੀ ਤਫਾ ਕਰ ਰਿਹਾ ਰੱਖਾਂ ਮਾਰਨ ਡਿਆ ਤੁਹਾਡਾ ਤੁਹਾਡਾ ਇਥੋਂ ਮੈਂ ਸਾਬ ਲਗਾਇਆ ਤੁਹਾਡਾ ਕੰਜਰਖਾਨਾ ਨੇ ਮੁੱਕ ਸਕਦਾ ساری ਜ਼ਿੰਦਗੀ ਤੂੰ ਆਪਣਾ ਤੇ ਇਥੋਂ ਮੁਕਾ ਚੱਲ ਨਿਕਲ ਇਥੋਂ ਤੁਸੀਂ ਜਾ ਏਡਾ ਤੂੰ ਲੰਬੜਦਾਰ ਕਿਤੇ ਬੜਾ ਦੁਖਮੇਦਾਰ ਆ ਤੂੰ ਮੁਸਾਲਤੀ ਅਦਾਲਤ ਚ ਆ ਕੀ ਫਿਰਦਾ ਓ ਚੱਲ ਤੂੰ ਵੀ ਆਪਣੇ ਘਰ ਐ ਤੈਨੂੰ ਚੇਤਾਵਾ ਜਿਹੜਾ ਅਗਲਾ ਕਹਿੰਦੇ ਬੱਕਰੀ ਚੋਰ ਹਾਂ ਤੂੰ ਓ ਬੱਕਰੀ ਚੋਰ ਤੇ ਗਾਡਰ ਚੋਰ ਹਾਂ ਤੂੰ ਲੋਕਾਂ ਦੇ ਸਾਈਕਲ ਚੋਕਦਾ ਕੋਈ ਗਾਡਰ ਦਾ ਜੇਬਾਂ ਕੱਟਦਾ ਗੱਲਾਂ ਤੂੰ ਬਾਤ ਕਰਨਾ ਤੇ ਤੇਰੀ ਬੁੱਢੀ ਮਿੰਟ ਬਾਦ ਦੌੜ ਜਾਂਦੀ ਐ ਓ ਚੱਲ ਜਾ ਮਿੰਟ ਬਾਦ ਦੌੜ ਜਾਂਦੀ ਐ ਤੂੰ ਵੀ ਚੱਲ ਸਾਡੇ ਬੂਵੇ ਅੱਗੇ ਆਪਣੇ ਮਿੰਟ ਬਾਦ ਦੌੜ ਜਾਂਦੀ ਰਾਡੋਲੋਂ ਆ ਰੈਡੀਓ ਵਾਲੀ ਸਿੱਧੀ ਜਾਂਦੀ ਆਹੋ ਕੁੱਤਾ ਚਰੇ ਜਾਂਦਾ ਆ ਕੇ ਮੈਂ ਝੁਕੇ ਤੋ ਆਇਆ ਤੇ ਮੈਂ ਤੁਸੀਂ ਬੱਕਰੀ ਫਾਜੇ ਸੀ ਤੁਸੀਂ ਟੁੱਟਵਾ ਦੇ ਦੇ ਕੇਸ਼ ਹੋਇਆ ਸੀ ਤੁਸੀਂ ਜੇਬ ਕੱਟਰੇ ਸੀ ਹਾਂ ਬੇਸ਼ਮਾਰ ਯਾਰ ਅੱਗੇ ਬੱਤੀ ਬੰਦਵਾ ਜੇ ਛਾਵੇਂ ਬਹਿ ਹੀ ਗਏ ਆ ਤੇ ਆ ਆ ਗਿਆ ਵੇਲਾ ਆ ਆਪਣੀ ਘਰ ਦੀ ਨੂੰ ਫੋਨ ਕਰ ਉਹਨੂੰ ਕਹ ਦੋ ਕੱਪ ਸ਼ਕੰਜਵੀ ਦਾ ਬਣਾ ਕੇ ਭੇਜ ਓ ਠੀਕ ਹੈ ਤੇਰਾ ਬੂਆ ਨੇੜੇ ਆ ਤੇਰੇ ਤਾਂ ਫਰਿੱਜ ਵੀ ਹੈਗੀ ਆ ਸਾਡੇ ਕਿੱਥੇ ਆ ਤੈਨੂੰ ਪਤਾ ਹੀ ਆ ਸਕੰਜਵੀ ਤੈਨੂੰ ਪਿਆਈਏ ਕੁਛ ਨਹੀਂ ਯਾਰ ਜ਼ਿੰਦਗੀ ਇਹ ਵਾੜਾ ਇਹ ਸ਼ਵੇਲੇ ਟਾਡੀ ਬੋਡੀ ਡੋਰੀ ਸੀ ਹਾਂ ਹਾਂ